हाँ जी भी जी, सारा भी सत श्रीकाल जी। संदीप डेयरी फार्म ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਵੀ ਜੀ, ਅੱਜ ਆਪਣੀ ਵੀਡੀਓ ਹੈਗੀ ਆ ਪਿੰਡ ਪੱਡੇ, ਜ਼ਿਲ੍ਹਾ ਗੁਰਦਾਸਪੁਰ ਪੈਂਦਾ, ਤਹਿਸੀਲ ਬਟਾਲਾ। ਅੱਜ ਫਿਰ ਬਾਈ ਸਰਵਣ ਆ ਚੁੱਕੇ ਜੀ ਆਪਾਂ। ਅੱਜ ਬਾਈ ਨੂੰ 4 ਮੱਝਾਂ ਸੇਲ ਹੈ ਜੀ, ਤਾਂ ਹੁਣ ਬਾਈ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਅਤੇ ਕੀ ਮਿਲ ਕੇ ਤੁਹਾਡਾ। ਉਸ ਤੋਂ ਪਹਿਲਾਂ ਵੀਰ ਜੀ, ਰਿਕੁਐਸਟ ਪਹਿਲਾਂ ਇੱਥੇ ਆ ਕੇ 2 ਡੈਰੀ ਚੁਆਈ ਜ਼ਰੂਰ ਕਰੋ, ਖਾਸ ਕਰਕੇ ਪੂਰੀ ਤੁਸੀਂ ਨਹੀਂ ਖਰੀਦੋ। ਵਾਰ ਵਾਰ ਇਹੀ ਬੇਨਤੀ ਹੁੰਦੀ ਹੈ ਜੀ ਕਿ ਚੁਆਈ ਜ਼ਰੂਰ ਕਰਕੇ ਲੈ ਕੇ ਜਾਓ, ਠੀਕ ਹੈ ਨਾ, ਤੁਹਾਡਾ ਹੱਕ ਬਣਦਾ। ਨਾਲੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ, ਚਲੋ ਗਾਹ ਵੀ ਕਿਸੇ ਵੀਰ ਦਾ ਫਾਇਦਾ ਹੋ ਸਕੇ। ਅਤੇ ਹੁਣ ਵੀਰ ਨਾਲ ਗੱਲਬਾਤ ਕਰੀਏ ਜੀ ਆਪਾਂ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੰਦੀਪ ਜੀ, ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਜੀ, ਅਤੇ ਉਸ ਤੋਂ ਬਾਅਦ ਸਾਰੇ ਵੀਰਾਂ, ਭੈਣਾਂ, ਭਰਾਵਾਂ, ਬਜ਼ੁਰਗਾਂ ਨੂੰ, ਦੇਸ਼ ਵਿਦੇਸ਼ ਵਿੱਚ ਰਹਿੰਦਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੰਦੀਪ ਜੀ, ਆਪਣਾ ਤਾਂ ਇੱਕ ਹੀ ਮਕਸਦ ਹੁੰਦਾ ਅਤੇ ਇਹੀ ਵਾਰ ਵਾਰ ਬੇਨਤੀ ਕਰਦੇ ਹਾਂ ਕਿ ਮਾਂ ਪਿਓ ਦੀ ਵੱਧ ਤੋਂ ਵੱਧ ਸੇਵਾ ਕਰੋ ਅਤੇ ਸਤਿਕਾਰ ਕਰੋ। ਹਾਂਜੀ, ਬਸ ਇਹੀ ਕਹਿੰਦੇ ਅਤੇ ਇਹੀ ਕਹਿੰਦੇ ਰਹਾਂਗੇ, ਕਿਉਂਕਿ ਜਿੰਨਾ ਕੋਲ ਮਾਂ ਪਿਓ ਉਹਨਾਂ ਨੂੰ ਉਹਦੀ ਕਦਰ ਬਹੁਤੀ ਹੁੰਦੀ ਨਹੀਂ, ਚਲੇ ਜਾਂਦੇ ਫਿਰ ਬੜਾ ਦੁੱਖ ਲੱਗਦਾ। ਹਾਂਜੀ ਹਾਂਜੀ ਹਾਂਜੀ, ਇਸ ਕਰਕੇ ਬੇਨਤੀ ਹੈ ਜੇ ਪਰਮਾਤਮਾ ਨੇ ਅਨਮੋਲ ਖਜ਼ਾਨਾ ਦਿੱਤਾ ਵਾ, ਤੈਨੂੰ ਸਾਂਭੋ, ਜਿੰਨਾ ਵੀ ਹੁੰਦਾ ਸਤਿਕਾਰ ਕਰਿਆ ਕਰੋ ਜੀ। ਸਹੀ ਗੱਲ, ਬਸ ਇੰਨੀ ਕੁ ਬੇਨਤੀ। ਅੱਜ ਸੰਦੀਪ ਜੀ ਥੱਕੇ ਬੜੇ ਸੀ, ਮੇਲਾ ਸੀ ਪਿੰਡਾਂ ਦੇ, ਫਿਰ ਜਾਣ ਦਾ ਡੇਰਾ ਲੱਗ ਗਿਆ। ਅੱਛਾ ਜੀ, ਤੇ ਲੜੀ ਵਾਰੀ ਖੰਡ ਪਾਠ ਚੱਲਦੇ ਆ, ਠੀਕ ਹੈ ਜੀ, ਤੇ ਬਹੁਤ ਮੇਲਾ ਲੱਗਦਾ ਵਾ, ਭਾਰੀ ਮੇਲਾ। ਬਾਬੇ ਸ੍ਰੀ ਚੰਦ ਜੀ ਖੁਦ ਇੱਥੇ ਆਏ ਆ। ਅੱਛਾ ਜੀ, 1 ਮਹੀਨਾ 13 ਦਿਨ ਇਥੇ ਤੁਨੇ ਸਾਹਿਬ ਦੀ ਸੇਵਾ ਕੀਤੀ। ਅੱਛਾ, ਠੀਕ ਹੈ, ਮੇਰੇ ਘਰ ਦੇ ਸਾਹਮਣੇ ਆ, ਸਿੱਧਮ ਪਿੰਡ ਵਾ ਉਹਦਾ। ਹਾਂਜੀ ਹਾਂਜੀ, ਹੈ ਘਰ ਦੇ ਸਾਹਮਣੇ ਸਾਹਮਣੇ ਆ। ਹਾਂ, ਤੇ ਉੱਥੇ ਸੇਵਾ ਕਰੀ ਦੀ ਆ। ਕੋਈ ਨਹੀਂ ਜੀ, ਉਹਨਾਂ ਦੇ ਘਰ ਇਹ ਸੰਦੀਪ ਜੀ ਤੀਜਾ ਸੁਗਾ ਵਾ। ਹਾਂਜੀ, ਕੱਟੀ ਮਗਰ ਕੱਟੀ ਮਗਰ, ਠੀਕ ਹੈ ਜੀ। ਤੇ 1.9 ਕਿਲੋ ਦੁੱਧ ਤਿਆਰ ਆ ਇਸ ਟਾਈਮ। ਹਾਂਜੀ, ਅੱਧੀ ਅੱਧੀ ਇੰਚ ਦੀਆਂ ਨਾਲ ਆ। ਹਾਂ ਬਿਲਕੁਲ, ਆ ਦੇਖੋ ਜੀ, 9 ਦਾ ਤਿਆਰ ਆ ਦੁੱਧ, ਜਾਨੀ ਬਣ ਗਈ ਨਾ ਦੁੱਧ। 11 ਕਿਲੋ ਕਰ ਦੂ, ਚਲੋ ਖੋਲੋ ਜੀ। ਤੇ ਚੁਆਈ ਦਾ ਜੇ ਕਰਨ ਲੱਗ ਜਾਣਾ ਜੀ, ਚੁਆਈ ਕਰਨ ਵਾਲੀ, ਚੁਆਈ ਕਰਨ ਲੱਗੇ, 5 ਵਜ ਚੁੱਕੇ ਜੀ, ਸ਼ਾਨ ਟਾਈਮ ਆ। ਆ ਦੇਖੋ ਚੁਆਈ ਬਜੀ ਵਧੀਆ ਜੀ, ਟੌਪ ਦੀ ਚੁਆਈ, ਟੌਪ ਦੀ ਚੁਆਈ ਵੇਖੋ ਜੀ, ਦਾਮ ਮਾਰਦੀ ਬਸ ਜੀ, ਲੇਵਾ ਵੀ ਫੁੱਲਾ ਨਿਸ਼ਾਨੀ ਆ। ਹਾਂ ਜੀ ਹਾਂ, ਆ ਦੇਖੋ ਫੁੱਲ ਤੇ ਫਿਰ ਉਹ ਨੀਲੀ ਜੀ ਆ ਗਈ ਮਾਜੀ ਜੀ, ਆ ਜੀ ਆ ਜੀ ਆ ਜੀ ਬਜੀ ਆ ਜੀ ਆ ਜੀ, ਦੇਖੋ ਕੁਆਲਿਟੀ ਮਾਜੀ ਦੀ, ਠੀਕ ਹੈ ਜੀ, ਆ ਦੇਖੋ। ਹਾਂਜੀ ਭਾਅ ਜੀ, ਕੰਟੀ ਵਾ ਮਗਰਾ ਸੰਦੀਪ ਜੀ। ਹਾਂਜੀ, ਤੇ ਦੁੱਧ 11 ਕਿਲੋ ਵਧੀਆ ਕਰ ਦਿਓ, ਕਰ ਦਿਓ। ਹਾਂਜੀ, ਮੈਂ ਪਹਿਲਾਂ ਵੀ ਦੱਸਦਾ ਨਾ ਵੀ 10-11 ਕਿਲੋ ਨੂੰ ਖੂਨ ਘੱਟ ਆਉਂਦੇ ਆ, ਜੇ 14 ਕਹਿੰਦਾ ਖੂਨ ਜ਼ਿਆਦੇ ਆ, ਜ਼ਿਆਦੇ, ਸਹੀ ਗੱਲ ਹੈ, ਪਰ ਦੇਣਾ ਹੀ ਇਹਨੇ 11 ਇੰਨੇ ਕਿਲੋ ਹੈਗਾ, 2 ਕਿਲੋ ਹੋਰ ਵੀ ਡਾਲੋ, ਸਹੀ ਗੱਲ ਹੈ ਹਨਾ, 15 ਕਿ ਦਿਨ ਪੂਰੇ ਦੁੱਧ ਤੇ ਆਉਂਦੀ ਆ, 7 ਕਿ ਦਿਨ ਸੂਈ ਨੂੰ ਵੀ। ਹਾਂਜੀ ਹਾਂਜੀ, ਤੇ ਆਪਾਂ ਪੈਸੇ 11 ਕਿਲੋ ਦੇ ਲੈਣੇ। ਹਾਂਜੀ, ਕੋਈ ਰੁਪਈਆ ਲੈਣਾ 58,000, ਅੱਛਾ 200 ਰੁਪਈਆ ਛੋੜਵਾ ਇਧਰ, ਤੇ ਇਹ ਬੇਨਤੀ ਕਰਨੀ ਹੋ ਲੈਣਾ 58,000 ਰੁਪਈਆ ਤੋਂ ਵੱਧ ਕੋ ਦੱਸੀ, ਸਹੀ ਗੱਲ ਹੈ ਜੀ, ਹਨਾ, ਬਿਲਕੁਲ ਜੀ, ਇੰਨੇ ਕੁ ਪੈਸਾ ਚ ਇੰਨਾ ਕੀ, ਇੰਨੇ ਪੈ ਜਾਣਾ, ਸਹੀ ਸਹੀ, ਇਸ ਕਰਕੇ ਬੇਨਤੀ ਆ ਮੇਰਾ ਵੀਰ, ਇਹ ਰੇਟ ਜਿਹੜੇ ਆ ਫਿਕਸ ਹੁੰਦੇ ਨੇ, ਕੋਈ ਘੱਟ ਵੱਧ ਕਹਿਣ ਦੀ ਨਹੀਂ ਕੋਈ ਲੋੜ, ਉਦਾਂ ਤੁਸੀਂ ਮਜ਼ਾ ਲੈਣ ਦਾ ਕੋਈ ਗੱਲ ਨਹੀਂ, ਪੰਜਾਬੀ ਹਨਾ ਕਹਿ ਸਕਦੇ ਆ, ਪਰ ਰੇਟ ਜਿਹੜੇ ਫਿਕਸ ਨੇ, ਬੇਨਤੀ ਆ ਕਿ ਜਿੰਨੇ ਕੁ ਰੇਟ ਕਰਦੇ ਕੋਈ ਜ਼ਿਆਦਾ ਨਹੀਂ, ਠੀਕ ਹੈ ਜੀ, ਆ ਦੇਖੋ ਜੀ, ਇਹ ਸੰਦੀਪ ਜੀ ਸੁਗਾ ਦੁੱਚਾ ਹੀ ਆ। ਹਾਂਜੀ, ਸਿੰਘ ਵੱਡਾ ਕਰ ਦੀ ਮੈਂ, ਠੀਕ ਹੈ ਜੀ, ਇਹ ਵਿਚਾਰੀ ਕਾਲੀ ਪੱਠੇ ਪੁੱਠੇ ਅੱਜ ਹੀ ਹੁਣੇ ਮੇਰੇ ਕੋ ਆਈ ਆ। ਹਾਂਜੀ, 8 ਕਿਲੋ ਦੁੱਧ ਵਾ, ਹਾਂਜੀ, ਇਹਦੇ ਮਗਰ ਕੱਟਾ ਵਾ, ਇਹਦੇ ਮਗਰ ਕੱਟਾ, ਇਹ ਮੈਂ ਸਾਹਮਣ ਵਾਲੀ, ਠੀਕ ਹੈ ਜੀ, ਪੱਠਾ ਦਾ ਤਾਂ ਬੜਾ ਵਧੀਆ ਪਾਉਂਦੇ। ਹਾਂਜੀ ਹਾਂਜੀ, ਵੰਡ ਦੀ ਕਦੀ ਉਹਨਾਂ ਮੁੱਠ ਵੀ ਨਹੀਂ ਪਾਈ, ਮੈਂ ਵੀ ਸਿੱਖਾਂ ਤੋਂ ਆਈ, ਠੀਕ ਠੀਕ ਹੈ ਜੀ, ਉਹਨੇ ਵੰਡ ਨਹੀਂ ਕਦੀ ਪਾਇਆ, ਠੀਕ ਹੈ ਜੀ, ਜੇ ਵੰਡ ਵੁੰਡ ਕਰੀਏ ਤੇ ਮਾਜਰਾ 11-12 ਵੀ ਕਰ ਸਕਦੇ, ਜਿੱਦਾਂ ਦੀ ਇਹਦੀ ਚੁਆਈ ਆ, ਚੁਆਈ ਜਿੱਦਾਂ ਦੀ, ਠੀਕ ਹੈ, ਖਾਣ ਵੇਖਣ ਨੂੰ ਛੋਟਾ ਲੱਗਦਾ ਵਾ, ਹਾਂਜੀ, ਪਰ ਕੱਢਦੀ ਇਹਦੇ ਨਾਲ ਲੰਮਾ ਥਾਂ, ਠੀਕ ਹੈ ਜੀ, ਬਹੁਤ ਚੁਆਈ ਵਧੀਆ, ਠੀਕ ਹੈ ਜੀ, ਖੋਲੋ ਜੀ, ਆ ਦੇਖੋ ਜੀ, ਦੇਖੋ ਖੋਲੋ, ਹਾਂਜੀ ਬਾਜੀ, ਇਹ ਸੰਦੀਪ ਜੀ ਇਹਦਾ ਕੀਮਤ ਵੀ 58,000, ਇਹਦੀ 58,000 ਸੇਮ ਹੀ, ਦੋਵਾਂ ਦੀ ਕੀਮਤ ਵਾ, ਠੀਕ ਹੈ, ਨੀਲੀ ਰਾਵੀ ਦੀ ਦੇ ਦੀ, ਇਹਦਾ ਉਹਦਾ 58,000, ਇਹਦਾ ਵੀ ਠੀਕ, ਠੀਕ ਹੈ ਬਾਜੀ, ਉਹੀ 200 ਰੁਪਏ, ਬਸ ਠੀਕ ਹੈ, ਆ ਜਾਓ ਇੱਧਰ, ਇਹ ਸੰਦੀਪ ਜੀ ਮੈਂ ਸ਼ਾਇਦ 5-7 ਦਿਨ ਹਫਤਾ ਵੀ ਲੈ ਜਾਓ, ਹੈ ਨਾ ਜੀ, ਅਜੇ ਮੈਂ ਉੱਚੀ ਲੰਮੀ ਬਹੁਤ ਵਾ, ਇਹ ਮਈ ਪਿਓਰ ਤੇ ਜਾਸੂਗਾ ਵਾ, ਠੀਕ ਹੈ ਬਾਜੀ, ਤੇ ਅਜੇ ਦੂਜੀਆਂ ਮਈਆਂ ਨੇ, ਇਹ ਕਿਉਂਕਿ ਮਈ ਗਈ ਪਿਛਲੇ ਸੂਏ ਘਰੋਂ, ਅੱਛਾ ਜੀ, ਤੇ ਉਹਨਾਂ ਨੇ ਮੈਨੂੰ ਸਾਂਭਿਆ ਨਹੀਂ, ਬਹੁਤ ਮਹਿੰਗੀ ਮੈਂ ਵੀ, ਠੀਕ ਹੈ ਜੀ ਬਾਜੀ, ਮੈਂ ਵੇਚੀ ਸੀ ਇਹ ਪੂਰੇ 1,00,000 ਰੁਪਏ, ਅੱਛਾ ਜੀ,
थाले बहुत सोना वा हजे बनाऊगी मैं पांच चार दिन लेके पूरा रोज कच्चिया मिल दी सही गल घर वाले कोई तंगी नहीं जिन्हें दो दिन की कच्ची लैनी हफ्ते दहा भी लै लू ना छे सत हजार की कमाई है सही सही ठीक है ना तैयार होके छे सत हजार वध जाने सही गल हफ्ता होर भी सामी जाए फायदा ही फायदा ही कमाई है बिलकुल भाजी ये कीमत संदीप जी हूं आप देवे 63,000 63,000 63,000 की बाबा बाबे ने कृपा की पिछले हफ्ते की काफी कट्टियां आन डियां बहुत कट्टियां आन डियां ठीक है कट्टे एक महीना चल कट्टे चलते कट्टे आई जाने हर मई का कट्टा लेकिन हूं गुरु महाराज की कृपा हो जिन्या मई घर सुन डी कट्टियां भी मई 9-10 किलो की मर्जी आराम खोलो जी इन भी आ देखो जी सिखलाई कर सकते जी मैं चंगी है दुध वाली आ देखो जी आज जी आज आज देखो चंगी माजा जी हाँ जी भाजी बहुत फोन कर दिंदे बंदे पहला वेच दिंदे पहला नहीं वेच दिंदे जो किसी का फोन आ जाता साई पा दिता कहिंदा मेरे घर छड़ जो फिर मैं तो ओदी हो जांदी जो वीडियो अपलोड हो जांदी कई दा 10 मिनट कई अद्धे घंटे बाद भी मैं वेख लैंदी है ना ते जो 2,000 ऑनलाइन काम च फट पाया है मार दा वाला पैसे पाए गूगल पे करो जिद्दां भी करने अजकल सौखे काम बच्चे कर लैंदे है ना ते इस करके बहुती तंगी नहीं गी बस अज थके बहुतियां बेनतियां करनियां एहो ही बेनती है भी मेरा वीर जेड़ा आउंदा अपनी तसल्ली करके घरों लै ठीक है भाजी ते जिन्ने थान नूं हथ ला लिया मैं ओने पास कर ली ओदी ओदी दूजे थां जाके अग्गा पिछा भी कर जांदा वीर दा सरवण सिंह पिंड पड्डे तहसील बटाला जिला गुरदासपुर बाकी वीर जी इथों श्री हर गोबिंदपुर भी जिहड़ा वा ओह 20 किलोमीटर आ ते मैता भी 20 किलोमीटर डेरा ब्यास राधा स्वामी वह भी 20 किलोमीटर बहुत दूर नहीं है ते फोन नंबर 98721-16727 98721-16727 पिछली यानी 1.5 घंटा वीडियो ओदा ही चल रही अद्धिया ओदा ही 3-4 मजा ओदा ही जानते ਉਹਨਾਂ ਉਸੇ ਵੇਲੇ ਓਦਾਂ ਹੀ ਪਿਛਲੇ ਨੰਬਰ ਤੋਂ ਹੀ ਫੋਨ ਲਾ ਲਏ ਗੱਲੀਆਂ ਵਿਕ ਗਈਆਂ ਮੈਂ ਤੁਹਾਨੂੰ ਬਾਅਦ ਚ ਕਿਹਾ ਫਿਰ ਤੁਸੀਂ ਨੰਬਰ ਵਿੱਚ ਪਾਇਆ ਠੀਕ ਹੈ ਇਸ ਕਰਕੇ ਬੇਨਤੀ ਹੈ ਵੀਰ ਜੀ ਕੋਈ ਗਹਿਣ ਚ ਵਾਧਾ ਘਾਟਾ ਵੀ ਹੋ ਜਾਂਦਾ ਵਾ ਤੁਸੀਂ ਮੇਰੇ ਆਪਣੇ ਹੀ ਹੋ ਕੋਈ ਬੱਚੇ ਆ ਕੋਈ ਭੈਣਾ ਕੋਈ ਭਰਾ ਕੋਈ ਬਜ਼ੁਰਗ ਆ ਸਾਡੇ ਬਿਲਕੁਲ ਭਾਈ ਮਾਫ਼ ਕਰਿਆ ਕਰੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ